ਬਠਿੰਡਾ ਤੋਂ ਖਬਰ ਆਈ ਸਾਹਮਣੇ, ਏਜੰਟ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਰੁਪਏ ਦੀ ਮਾਰੀ ਗਈ ਠੱਗੀ। 40 ਲੱਖ ਰੁਪਏ ਵੀਜ਼ਾ ਲਗਵਾਉਣ ਦੇ ਨਾਮ ਤੇ ਠੱਗੇ ਗਏ। ਵੀਜ਼ਾ ਨਾ ਲੱਗਣ ਤੇ ਪੈਸੇ ਨਾ ਮੋੜੇ, ਫੋਨ ਵੀ ਚੁੱਕਣਾ ਕਰ ਗਿਆ ਬੰਦ। ਜਦੋਂ ਫਿਰ ਉਹ ਚੜਿਆ ਨੌਜਵਾਨਾਂ ਦਾ ਏੜੀਕੇ, ਉਹਨਾਂ ਵੱਲੋਂ ਕੀ ਹਾਲ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ। ਪੈਸੇ ਲੈ ਕੇ ਭੱਜ ਗਏ, 40 ਲੱਖ ਸਾਡੇ ਬਈ ਵੀਜ਼ਾ ਲੋਨ ਦਾ ਸੀਗਾ ਕੈਨੇਡਾ ਦਾ। ਸਾਨੂੰ ਜਿਹੜੀ ਹੈਗੀ ਆ DCR ਤੋਂ ਜਿਹੜੀ ਹੈਗੀ ਆ ਕਾਲ ਆਈ ਸੀ ਨੈਨਸੀ ਨਾਂ ਦੀ ਲੇਡੀ ਜੀ, ਵੀ ਮੇਰੇ ਜਿਹੜਾ ਹੈਗਾ ਘਰ ਵਾਲੇ ਨੂੰ ਲਖਵੀਰ ਸਿੰਘ ਨੂੰ ਵਿਅਕਤੀਆਂ ਨੇ ਇਹਨਾਂ ਕਿਡਨੈਪ ਕਰ ਲਿਆ, ਜਿਸ ਤੇ ਜਿਹੜਾ ਮੌਕੇ ਤੇ PCR ਪਾਰਟੀ ਦੇ ਡਿਊਟੀ ਅਫਸਰ ਜਿਹੜੇ ਮੌਕੇ ਤੇ ਚਲੇ ਗਏ ਸੀਗੇ, ਜਿਸ ਤੇ ਜਿਹੜਾ ਹੈਗਾ ਮੌਕੇ ਤੇ ਜਾ ਕੇ ਦੋਨੇ ਪਾਰਟੀਆਂ ਜਿਹੜੀਆਂ ਉੱਥੇ ਮੌਜੂਦ ਸੀ, ਜਿਨ੍ਹਾਂ ਨੂੰ ਜਿਹੜਾ ਹੈਗਾ ਥਾਣੇ ਬੁਲਾਇਆ ਗਿਆ ਤੇ ਜੋ ਕਿ ਵੈਰੀਫਾਈ ਕਰਕੇ ਜਿਹੜੀ ਅਗਲੀ ਬਣਦੀ ਕਾਰਵਾਈ ਆ ਮਚਲੀ ਜਾਂਦੀ। ਮੁੱਢਲੀ ਜਾਂਚ ਤਾਂ ਇੰਨਾ ਹੀ ਪਤਾ ਲੱਗਿਆ ਵੀ ਜਿਹੜਾ ਲਖਵੀਰ ਸਿੰਘ ਹੈ, ਕੁਲਵੀਰ ਸਿੰਘ ਹੈ, ਇਹ ਇਮੀਗ੍ਰੇਸ਼ਨ ਦਾ ਕੰਮ ਕਰਦਾ ਸੀ ਪਹਿਲਾਂ, ਤੇ ਜਿਹੜੀ ਦੂਸਰੀ ਪਾਰਟੀ ਆ ਉਹਨਾਂ ਕੋਈ ਇਹਨਾਂ ਨੇ ਇਮੀਗ੍ਰੇਸ਼ਨ ਵਗੈਰਾ ਦਾ ਇਹ ਤੋਂ ਕੰਮ ਕਰਵਾਇਆ ਸੀ।